ਅੱਜ ਦੇ ਸਮੇਂ ਦੇ ਵਿੱਚ ਇੱਕ ਅਧਿਆਪਕ ਦੀ ਸਭ ਤੋਂ ਵੱਡੀ ਮੁਸ਼ਕਲ ਹੋ ਸਕਦੀ ਹੈ ਕਿ ਕਿਸੇ ਵੀ ਵਿਦਿਆਰਥੀ ਦੀ ਨੋਟਬੁੱਕ ਨੂੰ ਆਨਲਾਈਨ ਚੈੱਕ ਕਰਨਾ ਸੋ ਇਸ ਵੀਡੀਓ ਦੇ ਵਿੱਚ ਮੈਂ ਅਧਿਆਪਕਾਂ ਦੀ ਇਸੇ ਮੁਸ਼ਕਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਚਲੋ ਆਓ ਦੇਖੀਏ ਕਿ ਇੱਕ ਨੋਟਬੁੱਕ ਨੂੰ ਕਿਵੇਂ ਚੈੱਕ ਕੀਤਾ ਜਾ ਸਕਦਾ ਹੈ ਜਾਂ ਟੈਸਟ ਨੂੰ ਮਾਰਕਸ ਕਿਵੇਂ ਦਿੱਤੇ ਜਾ ਸਕਦੇ ਹਨ ਪਹਿਲਾਂ ਸਭ ਤੋਂ ਇਹ ਕੰਮ ਕਰਨਾ ਹੈ ਅਸੀਂ ਕਿ ਮੋਬਾਈਲ ਦੀ ਸਕਰੀਨ ਦੇ ਵਿੱਚੋਂ ਗੈਲਰੀ ਜੋ ਹੈ ਉਸ ਨੂੰ ਲੱਭਣਾ ਹੈ ਜਿਵੇਂ ਕਿ ਤੁਸੀਂ ਇੱਕ ਤੀਰ ਦੇ ਨਿਸ਼ਾਨ ਨਾਲ ਦੇਖ ਰਹੇ ਹੋ ਗੈਲਰੀ ਦੇ ਵਿੱਚੋਂ ਅਸੀਂ ਵਿਦਿਆਰਥੀ ਦੀ ਜੋ ਵੀ ਨੋਟਬੁੱਕ ਹੈ ਜਾਂ ਪੇਜ ਹੈ ਉਸ ਦੀ ਪਿਕਚਰ ਨੂੰ ਸਿਲੈਕਟ ਕਰ ਲੈਣਾ ਹੈ ਜਦੋਂ ਤੁਸੀਂ ਪਿਕਚਰ ਸਿਲੈਕਟ ਕਰਦੇ ਹੋ ਤਾਂ ਤੁਸੀਂ ਦੇਖਿਆ ਹੋਏਗਾ ਕਿ ਗੈਲਰੀ ਦੇ ਵਿੱਚ ਨੀਚੇ ਜੋ ਕਿਸੇ ਫੋਨ ਦੇ ਵਿੱਚ ਐਸਾ ਵੀ ਹੁੰਦਾ ਹੈ ਕਿ ਉੱਪਰ ਵੀ ਹੁੰਦਾ ਹੈ ਆਪਣੇ ਆਪਣੇ ਫੋਨ ਦੇ ਹਿਸਾਬ ਨਾਲ ਹੁੰਦਾ ਹੈ ਪਰ ਉੱਥੇ ਇੱਕ ਐਡਿਟ ਦੀ ਆਪਸ਼ਨ ਹੁੰਦੀ ਹੈ ਉਸ ਐਡਿਟ ਦੀ ਆਪਸ਼ਨ ਨੂੰ ਕਲਿੱਕ ਕਰਨਾ ਹੈ ਤੇ ਅੱਗੇ ਵਧਣਾ ਹੈ ਐਡਿਟ ਨੂੰ ਕਲਿੱਕ ਕਰਨ ਤੋਂ ਬਾਅਦ ਹੁਣ ਤੁਸੀਂ ਦੇਖ ਰਹੇ ਹੋ ਕਿ ਤੀਰ ਦਾ ਨਿਸ਼ਾਨ ਮਾਰਕ ਬਲ ਹੈ ਕਈ ਫੋਨਾਂ ਦੇ ਵਿੱਚ ਇੱਥੇ ਡੂਡਲ ਵੀ ਲਿਖਿਆ ਹੁੰਦਾ ਹੈ ਸੋ ਕੰਮ ਦੋਨਾਂ ਦਾ ਇੱਕੋ ਹੀ ਹੈ ਕਈ ਵਾਰ ਤਾਂ ਡੂਡਲ ਤੋਂ ਸਿੱਧਾ ਹੀ ਲਿਖਿਆ ਜਾ ਸਕਦਾ ਹੈ ਪਰ ਜੇ ਮਾਰਕ ਹੈ ਤਾਂ ਇਸ ਤਰ੍ਹਾਂ ਬਰਸ਼ ਦੀ ਆਪਸ਼ਨ ਆਏਗੀ ਇਸ ਬਰਸ਼ ਦੀ ਆਪਸ਼ਨ ਨੂੰ ਕਲਿੱਕ ਕਰਨਾ ਹੈ ਹੋਣਾ ਸੀ ਬਰਸ਼ ਦੀ ਆਪਸ਼ਨ ਆਉਣ ਤੇ ਇਸ ਤਰ੍ਹਾਂ ਦੇ 3 ਡਾਟਸ ਆਉਂਦੇ ਹਨ ਤੇ ਨਾਲ ਹੀ ਤੁਸੀਂ ਦੇਖ ਰਹੇ ਹੋ ਇੱਕ ਰੈੱਡ ਕਲਰ ਦਾ ਬਾਕਸ ਵੀ ਹੈ ਜਿੱਥੋਂ ਅਸੀਂ ਕਲਰ ਨੂੰ ਸਿਲੈਕਟ ਕਰ ਸਕਦੇ ਹਾਂ ਪਰ ਪਹਿਲਾ ਕੰਮ ਸਾਡਾ ਇਹ ਹੈ ਕਿ ਸਭ ਤੋਂ ਛੋਟੇ ਹੀ ਡਾਟ ਨੂੰ ਸਿਲੈਕਟ ਕੀਤਾ ਜਾਵੇ ਹੁਣ ਸਾਡਾ ਅਗਲਾ ਸਟੈਪ ਹੈ ਕਲਰ ਚੂਜ਼ ਕਰਨਾ ਕਲਰ ਜਾਂ ਤਾਂ ਡੂਡਲ ਤੋਂ ਬਾਅਦ ਸਿੱਧਾ ਹੀ ਸਿਲੈਕਟ ਕੀਤਾ ਜਾ ਸਕਦਾ ਹੈ ਜਿਵੇਂ ਕਿ ਮੈਂ ਦੱਸਿਆ ਕਿ ਕਈ ਫੋਨਸ ਦੇ ਵਿੱਚ ਡੂਡਲ ਹੁੰਦਾ ਹੈ ਡੂਡਲ ਦੀ ਆਪਸ਼ਨ ਹੁੰਦੀ ਹੈ ਤੋ ਡੂਡਲ ਤੋਂ ਤੁਸੀਂ ਕਲਰ ਸਿਲੈਕਟ ਕਰ ਲਓ ਜਾਂ ਇੱਥੇ ਬ੍ਰਸ਼ ਤੋਂ ਬਾਅਦ ਕਲਰ ਨੂੰ ਚੂਜ਼ ਕਰ ਲਓ ਇਹ ਰੰਗ ਤੁਹਾਡੀ ਮਨਪਸੰਦ ਹੋ ਸਕਦਾ ਹੈ ਜਿਸ ਦੇ ਨਾਲ ਤੁਸੀਂ ਆਪਣੇ ਬੱਚੇ ਦੀ ਕਾਪੀ ਚੈੱਕ ਕਰਨਾ ਚਾਹੁੰਦੇ ਹੋ ਤੇ ਲੋ ਜੀ ਹੁਣ ਤੁਸੀਂ ਆਪਣੇ ਕਿਸੇ ਵੀ ਸਟੂਡੈਂਟ ਦੀ ਕਾਪੀ ਚੈੱਕ ਕਰ ਸਕਦੇ ਹੋ ਨੂੰ ਮਾਰਕਸ ਦੇ ਸਕਦੇ ਹੋ ਸਿਰਫ ਉਂਗਲ ਦੇ ਨਾਲ ਹੀ ਲਿਖਣਾ ਹੈ ਉਂਗਲ ਨਾਲ ਹੀ ਟਿਕ ਮਾਰਕ ਲਗਾਣੇ ਹਨ ਤੇ ਬੱਚੇ ਦੀ ਕਾਪੀ ਚੈੱਕ ਹੋ ਜਾਏਗੀ ਚੈੱਕ ਕਰਨ ਤੋਂ ਬਾਅਦ ਤੁਸੀਂ ਫੋਟੋ ਨੂੰ ਸੇਵ ਕਰਨਾ ਨਾ ਭੁੱਲਿਓ ਮੈਨੂੰ ਆਸ ਹੈ ਕਿ ਇਸ ਵੀਡੀਓ ਤੋਂ ਬਾਅਦ ਤੁਸੀਂ ਆਪਣੇ ਵਿਦਿਆਰਥੀਆਂ ਦੀ ਨੋਟਬੁੱਕ ਨੂੰ ਚੈੱਕ ਕਰ पाओगे ਧੰਨਵਾਦ ਜੀ